ਬੋਲੀਏ ਜਗਤ ਗੁਰੂ ਭਗਵਾਨ ਸ਼੍ਰੀ ਚੰਦਰ ਮਹਾਰਾਜ ਕੀ ਜੈ। ਆਓ ਅੱਜ ਤੁਹਾਨੂੰ ਦਰਸ਼ਨ ਕਰਵਾਉਣੇ ਆ ਤਪ ਅਸਥਾਨ ਡੇਰਾ ਬਾਬਾ ਭਾਈ ਝਾੜੂ ਜੀ ਮਹਾਰਾਜ, ਪਿੰਡ ਭੂਦਨ, ਜ਼ਿਲ੍ਹਾ ਮਲੇਰਕੋਟਲਾ ਵਿਖੇ। ਮਹੰਤ ਫੁਰਤੀ ਦਾਸ ਜੀ ਮਹਾਰਾਜ ਬਰਨਾਲੇ ਬਾਲੇ ਦੀ ਅਪਾਰ ਕਿਰਪਾ ਸਦਕਾ ਪੂਰਨਮਾਸੀ ਦਾ ਪਵਿੱਤਰ ਦਿਹਾੜਾ ਅਤੇ ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਮਹੰਤ ਬੂਟੀ ਦਾਸ ਜੀ ਵੱਲੋਂ ਮਾਲਵਾ ਮੰਡਲ ਵਿੱਚ ਸ਼ਾਮਲ ਹੋਣ ਦੀ ਖੁਸ਼ੀ ਵਿੱਚ ਇੱਕ ਸਮਾਗਮ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਤਾਂ ਮਹਾਂਪੁਰਸ਼ਾਂ ਨੇ ਹਾਜ਼ਰੀ ਲਗਵਾਈ। ਇੱਕ ਰਿਪੋਰਟ। ਬਿਗੜੀ ਜਨਾ ਦੀ ਤੂੰ ਤੇ ਜ਼ਿੰਦਗੀ ਸਵਾਰਦੀ, ਬਿਗੜੀ ਜਨਾ ਦੀ ਤੂੰ ਤੇ ਜ਼ਿੰਦਗੀ ਸਵਾਰਦੀ, ਬਿਗੜੀ ਜਨਾ ਦੀ ਤੂੰ ਤੇ ਜ਼ਿੰਦਗੀ ਸਵਾਰਦੀ, ਬਿਗੜੀ ਜਨਾ ਦੀ ਤੂੰ ਤੇ ਬਿਗੜੀ ਜਨਾਨੀ ਤੂੰ ਜ਼ਿੰਦਗੀ ਸਵਾਰਦੀ, ਬਿਗੜੀ ਜਨਾਨੀ ਤੂੰ ਤੇ
ਸਾਵਣੀ ਜਗਤ ਕੇ ਪੂਰਨ ਸੁਕੇ ਕੰਦ ਤਾਸ ਪਾਸ ਮਮ ਮੰਦਨਾ ਜਾ ਕੇ ਨਾਮ ਸ੍ਰੀ ਚੰਦ ਸ਼ੀਸ਼ ਜਟਾ ਕਾ ਮੁਗਟ ਹੈ ਮਸਤਕ ਸੋਹੇ ਚੰਦ ਹਿਰਦੇ ਮਿਆ ਕਰਵਾਸੋ ਸ੍ਰੀ ਗੁਰੂ ਨਾਨਕ ਨੰਦ ਨਾਨਕ ਸੁਤ ਸ੍ਰੀ ਚੰਦ ਜੀ ਦੀਨ ਬੰਧੂ ਅਵਤਾਰ ਭਗਤਨ ਕੇ ਹਿਰਦੇ ਵਸੋ ਸੰਤਨ ਪ੍ਰਾਨ ਆਧਾਰ ਸਾਚਾ ਸਹਿਬ ਏਕ ਹੈ ਸਭ ਜਗ ਚਾਨਣ ਹਾਰ ਦਾਸ ਜਨ ਕਰ ਆਪਣਾ ਤੀਜੇ ਮੋਹ ਅਵਾਰ ਮੈਂ ਅਤਿ ਦੀਨ ਗਰੀਬ ਹੂੰ ਦਾਸ ਆਪਣਾ ਜਾਣ ਪਾਰ ਕਰੋ ਪਵ ਸਿੱਧ ਸੇ ਸ੍ਰੀ ਚੰਦਰ ਭਗਵਾਨ ਸਾਧ ਲੋਕ ਮੈਂ ਕਲਪਤਰਾ ਮੁਗਤ ਮੁਗਤ ਕੇ ਕੰਧ ਉਦਾਸਨ ਪ੍ਰਗਟ ਪਈ ਮਹਾਰਾਜ ਸ੍ਰੀ ਚੰਦ ਵਾਰ ਵਾਰ ਮੇਰੀ ਵੰਦਨਾ ਸ੍ਰੀ ਗੁਰੂ ਨਾਨਕ ਨੰਦ ਜਗਤ ਉਧਾਰ ਨਾਈ ਸ਼ਿਵ ਸਰੂਪ ਸ੍ਰੀ ਚੰਦ ਵਿਸ਼ਨੂੰ ਰੂਪ ਨਾਨਕ ਗੁਰੂ ਸ਼ਿਵ ਸਰੂਪ ਸ੍ਰੀ ਚੰਦ ਏਕ ਰੂਪ ਕਰ ਜੋ ਪਜੇ ਲਿਓ ਪਰਮਾਨੰਦ ਵਿਸ਼ਨੂੰ ਗੁਰੂ ਨਾਨਕ ਗੁਰੂ ਭਏ ਸਪੂਤ ਕੇ ਸਪੂਤ ਡੰਡੌਤ ਵੰਦਨ ਅਣਕ ਵਾਰ ਸ੍ਰੀ ਚੰਦਰ ਅਵਤੂਤ ਆਦ ਗੁਰੂ ਨਮੋ ਜੀ ਦੂਸਰਾ ਨਮੋ ਗਣੇਸ਼ ਸ੍ਰੀ ਚੰਦਰ ਜੀ ਵੰਦਨਾ ਕਾਟੋ ਸਗਲ ਕਲੇਸ਼ ਧਰ ਜੀਆਂ ਏਕ ਟੇਕ ਤੋਂ ਲਾਏ ਬੜਾਨੀ ਆਸ ਸ੍ਰੀ ਗੁਰੂ ਨਾਨਕ ਨਾਮ ਧਿਆਈਐ ਕਾਰਜ ਆਉਣ ਰਾਸ ਸ੍ਰੀ ਗੁਰੂ ਸ੍ਰੀ ਚੰਦਰ ਨਾਮ ਧਿਆਈਐ ਕਾਰਜ ਆਉਣ ਰਾਸ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ ਦਸਵੇਂ ਪਿਤਾ ਕੀ ਜੈ ਗੁਰੂ ਤੇਗ ਬਹਾਦਰ ਪਿਤਾ ਕੀ ਜੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਜੈ ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈ ਬਾਬਾ ਭਾਈ ਝਾੜੂ ਦਾਸ ਮਹਾਰਾਜ ਕੀ ਜੈ ਬਾਬਾ ਦਰੀ ਦਾਸ ਮਹਾਰਾਜ ਕੀ ਜੈ ਧੂਣਾ ਸਾਹਿਬ ਕੀ ਜੈ ਧਜਾ ਸਾਹਿਬ ਕੀ ਜੈ ਹਨੂਮਾਨ ਜੋਧੇ ਕੀ ਜੈ ਗਣੇਸ਼ ਭਗਵਾਨ ਕੀ ਜੈ ਬਰਮਾ ਵਿਸ਼ਨੂੰ ਮਹੇਸ਼ ਕੀ ਜੈ ਨਗਰ ਖੇੜੇ ਕੀ ਜੈ ਧਰਤੀ ਮਾਤਾ ਕੀ ਜੈ ਗੰਗਾ ਮਈਆ ਕੀ ਜੈ ਪੂਰਨਾ ਮਈਆ ਕੀ ਜੈ ਹਰ ਹਰ ਮਹਾਦੇਵ ਓਮ ਗੁਰੂ ਜੀ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਮਹਾਰਾਜ ਬਾਬਾ ਭਾਈ ਝਾੜੂ ਦਾਸ ਮਹਾਰਾਜ ਆਪ ਜੀ ਦੇ ਚਰਨਾਂ 'ਚ ਦੇਗਾਂ ਹਾਜ਼ਰ ਨੇ ਜਿਨ੍ਹਾਂ ਚੌਲਾਂ ਦੇ ਕੜਾਹੇ ਕੱਢੇ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਵਾਧਾ ਕਰਨਾ ਤਰੱਕੀਆਂ ਬਖਸ਼ਣੀਆਂ ਦੇਸਾਂ ਪ੍ਰਦੇਸਾਂ ਵਿੱਚ ਰੱਖਿਆ ਕਰਨੀ ਗੁਰੂ ਮਹਾਰਾਜ ਨਗਰ ਖੇੜੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਗੁਰੂ ਮਹਾਰਾਜ ਜਿਨ੍ਹਾਂ ਦੇ ਪਰਿਵਾਰਾਂ 'ਚੋਂ ਗਜਾਂ ਆਉਂਦੀ ਆ ਉਹਨਾਂ ਦੇ ਪਰਿਵਾਰਾਂ ਦੇ ਦੁੱਧ ਵਾਧਾ ਵਾਧਾ ਕਰਨਾ ਗੁਰੂ ਮਹਾਰਾਜ ਜੀ ਅੰਨ ਦੇ ਵਿੱਚ ਵਾਧਾ ਕਰਨਾ ਕਮਾਈਆਂ 'ਚ ਬਰਕਤਾਂ ਪਾਉਣੀਆਂ ਸੁੱਖ ਸ਼ਾਂਤੀ ਵਰਤਾਉਣੀ ਗੁਰੂ ਮਹਾਰਾਜ ਡੇਰੇ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਰਤੀ ਕਰਨ ਦਾ ਭਜਨ ਕਰਨ ਦਾ ਬਲ ਬਖਸ਼ਣਾ ਬਾਬਾ ਭਾਈ ਝਾੜੂ ਦਾਸ ਮਹਾਰਾਜ ਬਾਬਾ ਜਗੀਰ ਦਾਸ ਮਹਾਰਾਜ ਮੱਥਾ। ਇਹਨਾਂ ਸਮਾਗਮਾਂ ਮੌਕੇ ਮਾਲਵਾ ਮੰਡਲ ਦੇ ਮੁੱਖ ਪ੍ਰਧਾਨ ਸ਼੍ਰੀ ਮਹੰਤ ਬੁੱਧਗਿਰ ਜੀ ਜਰਗ, ਸ਼੍ਰੀ ਮਾਨ ਸ਼੍ਰੀ ਮਹੰਤ ਗੋਪਾਲਗਿਰ ਜੀ ਕਲਸੀਆਂ, ਮਾਲਵਾ ਮੰਡਲ ਦੇ ਜਨਰਲ ਸਕੱਤਰ ਮਹੰਤ ਅੰਮ੍ਰਿਤਬਾਨ ਜੀ ਛਾਜਲੀ, ਸ਼੍ਰੀ ਮਹੰਤ ਪੂਰਨਗਿਰ ਜੀ ਚਹਿਲਾਂ, ਸ਼੍ਰੀ ਮਹੰਤ ਫੱਗਣਗਿਰ ਜੀ ਧਮੋਟ, ਸੈਕਟਰੀ ਰਾਮ ਅਵਤਾਰ ਮਿਰਜੀ ਜੀ ਕੱਕੜਵਾਲ, ਉਪ ਸੈਕਟਰੀ ਮਹੰਤ ਕੁਲਵਿੰਦਰ ਬਨ ਜੀ ਚੱਠਾ, ਮਹੰਤ ਨਿਰਮਲ ਦਾਸ ਜੀ ਠੁੱਲੀਵਾਲ,
ਸ਼੍ਰੀ ਮਹੰਤ ਰਾਮ ਨਾਰਾਇਣ ਗਿਰ ਜੀ ਸੰਗਮ ਮਾਲਵਾ ਮੰਡਲ ਰਾਮਪੁਰਾ ਫੂਲ, ਸ਼੍ਰੀ ਮਹੰਤ ਚਾਂਦ ਗਿਰ ਜੀ ਬੇਨੜਾ ਨਾਭਾ ਪਟਿਆਲਾ ਮੰਡਲ, ਸ਼੍ਰੀ ਮਹੰਤ ਪੰਚਮ ਗਿਰ ਜੀ ਪੈਲ ਪੰਚਾਲ ਮੰਡਲ, ਸ਼੍ਰੀ ਮਹੰਤ ਰਘੂਨੰਦਨ ਜੀ ਰਾਜਪੁਰਾ ਮੰਡਲ, ਸ਼੍ਰੀ ਮਹੰਤ ਸੂਰਜਗਿਰੀ ਜੀ ਰਾਜਪੁਰਾ ਮੰਡਲ, ਮਹੰਤ ਚਮਕੌਰ ਸਿੰਘ ਜੀ ਲੋਹਗੜ੍ਹ, ਮਹੰਤ ਹਰਵਿੰਦਰ ਦਾਸ ਜੀ ਮੁੱਲਾਪੁਰ, ਮਹੰਤ ਹਰਪਾਲ ਦਾਸ ਜੀ ਚੋਮੋ, ਮਹੰਤ ਗਗਨ ਦਾਸ ਜੀ ਜਗੇੜਾ, ਮਹੰਤ ਪ੍ਰੇਮਗਿਰ ਜੀ ਰੌਣੀ, ਸੰਤ ਗੁਰਨਾਮ ਦਾਸ ਜੀ ਜੌਲਾਂ, ਮਹੰਤ ਵਿਨੋਦ ਗਿਰੀ ਜੀ ਬੜੀ, ਮਹੰਤ ਲੱਕੜ ਦਾਸ ਜੀ, ਮਹੰਤ ਦਰਸ਼ਨ ਦਾਸ ਜੀ ਸੈਣਾ, ਮਹੰਤ ਗੁਰਜੰਟ ਦਾਸ ਜੀ ਕੋਠਾ ਗੁਰੂ, ਚੇਅਰਮੈਨ ਕਰਮਜੀਤ ਸਿੰਘ ਜੀ ਭੂਦਨ, ਸਰਪੰਚ ਬੀਬੀ ਕਰਮਜੀਤ ਕੌਰ ਜੀ ਭੂਦਨ ਸਮੇਤ ਅਨੇਕਾਂ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ। ਸਾਧੂਆਂ ਦੀ ਰੇਣ, ਸਾਧੂਆਂ ਦੀ ਸਾਧੂਆਂ ਦੀ ਹੋ ਜਾਨੀ ਜਿੰਦੇ ਤੂੰ ਤਾਂ ਰੇਣ ਸਾਧੂਆਂ, ਹੋ ਜਾਨੀ ਜਿੰਦੇ ਤੂੰ ਤਾਂ ਰੇਣ ਸਾਧੂਆਂ ਦੀ, ਮਾਗ ਮਜਨ ਸੰਗ ਸਾਧੂਆਂ, ਤੂੜੀ ਕ੍ਰਿਸ਼ਨਾਨ ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਪੁੱਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੇ ਲੋਭ ਸੁਆਨ, ਸੱਚੇ ਮਾਰਗ ਚਲਦਿਆਂ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਜਿਸ ਨੂੰ ਦੇਵੈ ਦਇਆ ਕਰ
ਕਰ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਣ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁਚੇ ਸੇ ਕਾਢੀਐ ਮਾਗ ਸੁਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਹਰਬਾਨ ਪੂਜਾ ਨੀ ਜਿੰਦੇ ਤਾਂ ਰਹਿਣ ਸਾਧੂਆਂ ਦੀ ਪੂਜਾ ਨੀ ਜਿੰਦੇ ਤੂੰ ਤਾਂ ਰਹਿਣ ਸਾਧੂਆਂ ਦੀ ਦਰਬਾਰ ਕੀ ਜੈ। ਅੱਜ ਭਾਈ ਵਿਸਾਖ ਦੀ ਪੂਰਨਮਾਸੀ ਨੂੰ ਬਾਬਾ ਭਾਈ ਝਾੜੂ ਦਾਸ ਮਹਾਰਾਜ ਜੀ ਦੇ ਤਪ ਸਥਾਨ 'ਤੇ ਭੰਡਾਰਾ ਕੀਤਾ ਗਿਆ ਬਾਬਾ ਬੂਟੀ ਦਾਸ ਜੀ ਵੱਲੋਂ। ਇਹ ਬਹੁਤ ਹੀ ਵਧਾਈ ਦੇ ਪਾਤਰ ਹਨ ਕਿਉਂਕਿ ਮਹਾਂਪੁਰਖਾਂ ਨੂੰ, ਸਾਰੀਆਂ ਮੰਡਲੀਆਂ ਨੂੰ, ਸੰਨਿਆਸੀਆਂ ਨੂੰ, ਉਦਾਸੀਆਂ ਨੂੰ ਭੰਡਾਰਾ ਕੀਤਾ। ਸੋ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀਆਂ ਕਲਾ ਰੱਖਣ, ਇਸੇ ਤਰ੍ਹਾਂ ਹੀ ਸੰਗਤਾਂ ਦੇ ਭਲੇ ਦੀ ਖਾਤਰ ਆਪਣੇ ਸਹਿਯੋਗ ਕਰਦੇ ਰਹਿਣ। ਬੋਲ ਸੱਚੇ ਦਰਬਾਰ ਕੀ ਜੈ। ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ। ਭਾਈ ਝਾੜੂ ਦਾਸ ਮਹਾਰਾਜ ਕੀ ਜੈ। ਸਭ ਸੰਤਨ ਕੀ ਜੈ। ਬੋਲ ਸੱਚੇ ਦਰਬਾਰ ਕੀ ਜੈ। ਸੱਚੇ ਦਰਬਾਰ ਕੀ ਜੈ। ਬਾਬਾ ਝਾੜੂ ਦਾਸ ਜੀ ਜਗ੍ਹਾ ਦੇ ਅਸਥਾਨ 'ਤੇ, ਇੱਥੇ ਬਹੁਤ ਦੂਰੋਂ ਦੂਰੋਂ ਸਿੱਧਾ ਸੇਵਕ ਸਿੱਖ ਸੇਵਕ ਆਉਂਦੇ ਨੇ, ਇੰਨਾ ਰਾਈ ਵੀਰ ਆਉਂਦੇ ਨੇ। ਇਹਨਾਂ ਨੇ ਅੱਜ ਦਾ ਪੂਰਨਮਾਸੀ ਦੇ ਦਿਹਾੜੇ 'ਤੇ ਪੰਜਾਂ ਮੰਡਲਾਂ ਨੂੰ ਭੰਡਾਰਾ ਦਿੱਤਾ, ਮਾਲਵਾ ਮੰਡਲ, ਸੰਗਮ ਮੰਡਲ, ਅਤੇ ਆਪਣੇ ਪੰਚਾਂਗ ਮੰਡਲ ਔਰ ਰਾਜਪੁਰਾ ਮੰਡਲ, ਜਿਨ੍ਹਾਂ ਦੇ ਪੰਜੇ ਸ੍ਰੀ ਮਹੰਤ ਪਹੁੰਚੇ ਇੱਥੇ। ਉਹਨਾਂ ਦੇ ਜੀ ਆਇਆਂ ਨੂੰ ਨਗਰ ਪੰਚਾਇਤ ਬੰਨਿਓ, ਸਿੱਖ ਸੇਵਕਾ ਬੰਨਿਓ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੋਲ ਸੱਚੇ ਦਰਬਾਰ ਕੀ ਜੈ। ਬਾਬਾ ਭਾਈ ਝਾੜੂ ਮਹਾਰਾਜ ਕੀ ਜੈ। ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ। ਬਾਬਾ ਭਾਈ ਝਾੜੂ ਦਾਸ ਮਹਾਰਾਜ ਕੀ ਜੈ। ਅੱਜ ਭਾਈ ਬਾਬਾ ਭਾਈ ਝਾੜੂ ਪੂਰਨਮਾਸੀ ਦਾ ਦਿਹਾੜਾ ਮਨਾਇਆ ਜਾਂਦਾ ਗਾ। ਇਹ ਤਾਂ ਅੱਜ ਭਾਈ ਭੰਡਾਰਾ ਸਾਧੂ ਨੇ ਦਿੱਤਾ ਗਾ, ਉਹ ਭੰਡਾਰੇ ਦੇ ਵਿੱਚ ਸੰਨਿਆਸੀ ਸਾਧੂ, ਉਦਾਸੀ, ਨਾਥ, ਬਰਾਗੀ ਸਾਰੇ ਸਾਧੂ ਭਾਈ ਉਹ ਭੰਡਾਰੇ 'ਚ ਪਹੁੰਚੇ ਨੇ। ਇਹਨਾਂ ਦਾ ਭੰਡਾਰੇ ਕਾਰਨ ਨਾਲ ਕੀ ਫਲ ਮਿਲਦਾ ਗਾ? ਜੇ ਬੰਦਾ ਸਿਮਰ ਘੱਟ ਕਰ ਸਕਦਾ, ਨਹੀਂ ਸਿਮਰਨ ਹੁੰਦਾ, ਤਾਂ ਭਾਈ ਸਾਧੂਆਂ ਨੂੰ ਭੇਖ ਨੂੰ ਭੰਡਾਰਾ ਦਿਉ, ਮੇਰੀ ਗਰੰਟੀ ਹੈ ਵੀ ਉਹਨਾਂ ਦੁੱਖਾਂ ਦਾ ਦੂਰ ਹੋ ਜੂਗਾ, ਕਲੇਸ਼ ਘਰ ਦੇ ਵਿੱਚੋਂ ਦੂਰ ਹੋ ਜਾਣਗੇ ਭਾਈ, ਜੇ ਸਾਧੂ ਸੰਤਾਂ ਨੂੰ ਆਪਾਂ ਭੰਡਾਰੇ ਦਿੰਦੇ ਰਹਾਂਗੇ। ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ। ਬਾਬਾ ਭਾਈ ਝਾੜੂ ਦਾਸ ਮਹਾਰਾਜ ਕੀ ਜੈ। ਬੀਬੀ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਵੜ ਕੇ ਛਕਿਆ, ਅਤੇ ਮਹੰਤ ਬੂਟੀ ਦਾਸ ਜੀ ਵੱਲੋਂ ਆਏ ਮਹਾਂਪੁਰਸ਼ਾਂ ਦੀ ਪੰਗਤ ਪੂਜਾ ਵੀ ਕੀਤੀ ਗਈ। ਮੂੰਹ ਮੰਗੀਆਂ ਮੁਰਾਦਾਂ ਪਾਵੇਗਾ ਇੱਕ ਵਾਰ ਸੰਤਾਂ ਦਾ ਬਣ ਤੇ ਸਹੀ। ਮੂੰਹ ਮੰਗੀਆਂ ਮੁਰਾਦਾਂ ਪਾਵੇਗਾ ਤੂੰ ਆ ਕੇ ਸੀਸ ਹੋ ਤੂੰ ਆ ਕੇ ਸੀਸ ਚੁਕਾ ਤੇ ਸਹੀ ਤੂੰ ਆ ਕੇ ਸੀਸ ਚੁਕਾ ਤੇ ਸਹੀ। ਖਾਲੀ ਝੋਲੀਆਂ ਭਰ ਲੈ ਜਾਵੇਗਾ ਇੱਕ ਵਾਰ ਸੰਤਾਂ ਦਾ ਬਣ ਤੇ ਸਹੀ। ਮੂੰਹ ਮੰਗੀਆਂ ਮੁਰਾਦਾਂ ਪਾਵੇਗਾ ਇੱਕ ਵਾਰ ਸੰਤਾਂ ਦਾ ਹੋ ਇੱਕ ਵਾਰ ਸੰਤਾਂ ਦਾ ਬਣ ਤੇ ਸਹੀ। Thank you.
दिल बिच लैके आते सही, प्रेम दिल बिच लैके आते सही, खुशियां नाल भर के जावेगा एक बार संतां दा बनते सही, मुंह मंगिया मुरादा पावेगा एक बार संतां दा बनते सही। ਸੁੱਕਿਆਂ ਨੂੰ ਮੇਵੇ ਲਾ ਦਿੰਦੇ, ਫਰਸ਼ਾਂ ਉੱਤੇ ਟਿੱਕਿਆਂ ਦਾ ਨਾ ਅਰਸ਼ਾਂ ਵਿੱਚ ਪਹੁੰਚਾ।